मोगा में रूमी वाले बाबा जी की ओर से 100 किलोमीटर के 40 अस्पताल में बहुत समय से गुरु का लंगर चलाया जा रहा है इस दौरान मीडिया से बातचीत करते हुए बाबा जी ने बताया कि ये लंगर 12 वर्ष से चलाया जा रहा है इसके अलावा और भी जो बड़े अस्पताल हैं उन सभी में भी उनकी ओर से लंगर लगाया जा रहा है ਉਹਨਾਂ ਨੇ ਕਿਹਾ ਕਿ ਉਨਕੀ ਇਹ ਕੋਸ਼ਿਸ਼ ਹੈ ਕਿ ਹਸਪਤਾਲ ਮੇ ਕੋਈ ਵੀ ਰੋਗੀ ਜਾਂ ਉਨਕਾ ਰਿਸ਼ਤੇਦਾਰ ਰਾਤ ਕੋ ਭੁੱਖਾ ਨਾ ਸੋਈ ਇਸ ਲਈ ਉਹਨਾਂ ਨੇ ਹਸਪਤਾਲੋ ਮੇ ਜਾਕਰ ਇਹ ਲੰਗਰ ਸ਼ੁਰੂ ਕੀਤਾ ਹੈ ਮੋਗਾ ਸੇ ਹਲਚਲ ਕੇ ਲਈ ਨਿਸ਼ੀ ਮੰਚੰਦਾ ਕੀ ਰਿਪੋਰਟ ਦੁਨੀਆ ਦੇ ਹਰ ਕੋਨੇ ਕੋਨੇ ਉਤੇ ਲੰਗਰ ਚੱਲਦਾ ਹੈ ਔਰ ਦੇਸ਼ ਦਾ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਚੱਲਦਾ ਹੈ ਅਗਰ ਆਪਾਂ ਗੱਲ ਕਰੀਏ ਮੋਗਾ ਦੀ ਤਾਂ ਮੋਗਾ ਦੇ ਵਿੱਚ ਇਹ ਪਿੰਡ ਰومی ਹੈ ਜਿਹੜਾ ਕਿ ਰਾਏਕੋਟ ਦੇ ਕੋਲ ਹੈ ਉੱਥੋਂ ਦੇ ਕੁਝ ਸਿੱਖ ਅਰੇ ਲੋਕ ਜੋ ਕਿ ਹਰ ਹਸਪਤਾਲ ਦੇ ਵਿੱਚ ਲੰਗਰ ਵਰਤੋਂਦੇ ਹਨ ਔਰ ਤਕਰੀਬਨ ਡੇਲੀ 40 ਦੇ ਕਰੀਬੇ ਹਸਪਤਾਲਾਂ ਦੇ ਵਿੱਚ ਆਪ ਆ ਕੇ ਲੰਗਰ ਵਰਤੋਂਦੇ ਹਨ ਇਹ ਜਿਹੜੀ ਸਿੱਖ ਹੈ ਇਹ ਕੋਈ ਵੀ ਆਪਣਾ ਦਿਨ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਮੀਂਹ ਨਹੀਂ ਦੇਖਦੇ ਹਨੇਰੀ ਨਹੀਂ ਦੇਖਦੇ ਇਹਨਾਂ ਦੀ ਲਗਾਤਾਰ 12 ਸਾਲ ਤੋਂ ਇਹ ਵਾਲੀ ਸੇਵਾ ਚੱਲੀ ਆ ਹੈ ਹੁਣ ਮੇਰੇ ਨਾਲ ਬਾਬਾ ਜੀ ਹੈ ਉਹਨਾਂ ਨਾਲ ਆਪਾਂ ਕਰਦੇ ਕੁਝ ਗੱਲਬਾਤ ਉਹਨਾਂ ਨੂੰ ਤੋਂ ਆਪਾਂ ਸਾਰੀ ਇਹ ਵਾਲੀ ਚੀਜ਼ ਬਾਰੇ ਜਾਣਕਾਰੀ ਲੈਣੇ ਆਂ ਬਾਬਾ ਜੀ ਤੁਸੀਂ ਬਹੁਤ ਟਾਈਮ ਤੋਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਹਸਪਤਾਲਾਂ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਹੈ ਦੇਖੋ ਜੀ ਇਹ 12ਵਾਂ ਸਾਲ ਸ਼ੁਰੂ ਹੋ ਗਿਆ ਇਹ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਤੇ ਸੇਵਾ ਆਰੰਭ ਹੋਈ ਸੀ ਆਪਣਾ ਮਿਸ਼ਨ ਇਹ ਸੀ ਵੀ ਗੁਰੂ ਘਰ ਲੰਗਰ ਉੱਥੇ ਲੈ ਕੇ ਜਾਈਏ ਜਿੱਥੇ ਲੋੜ ਆ ਹੁਣ ਆਪਾਂ ਜੱਦੀ ਪਿੰਡ ਰੁਮੀ ਆਪਣਾ ਜਗਰਾਉਂ ਤੋਂ ਰਾਇਕੋਟ ਰੋਡ ਤੇ ਉੱਥੇ ਪਿੰਡ ਆਪਾਂ ਜਿਵੇਂ ਅੱਗੇ ਗੱਲ ਕਰ ਰਹੇ ਸੀ ਉੱਥੇ ਕੋਈ ਗੁਰੂ ਘਰ ਜਾਂ ਕੋਈ ਡੇਰਾ ਨਹੀਂ ਹੈ ਉਹ ਘਾਰੀ ਹੈ ਜਿਵੇਂ ਘਰ ਨਹੀਂ ਹੁੰਦੇ ਨਾਰਮਲ ਆਪਣੇ ਉਸੇ ਘਰ ਨੂੰ ਸਤਿਗੁਰ ਦੇ ਭਾਗ ਲਾ ਉਥੋਂ ਡੈਲੀ ਆਪਾਂ ਤਕਰੀਬਨ 40 ਤੋਂ ਵੱਧ ਹਸਪਤਾਲ ਨੇ ਜਿਹਦੇ ਵਿੱਚ ਆਪਾਂ ਮੋਗਾ ਸਾਰਾ ਕਵਰ ਕਰਦੇ ਆਂ ਬਦਨੀ ਜਗਰਾਓ ਅਤੇ ਲੁਧਿਆਣਾ ਇਹ ਆਪਾਂ ਏਰੀਆ 40 ਤੋਂ ਵੱਧ ਹਸਪਤਾਲ ਨੇ ਤੇ ਉਹ ਲੋਕ ਨੇ ਆਪਣੇ 300 ਕਿਲੋਮੀਟਰ ਦੀ ਏਰੀਆ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਪਰਿਵਾਰ ਹੋਵੇ ਜਿਹਦੇ ਸਿਰ ਤੇ ਛੱਤ ਨਹੀਂ ਹੈ ਘਰਾਂ ਚ ਚੁੱਲ੍ਹੇ ਨਹੀਂ ਤੱਪਦੇ ਵਕਤ ਦੀਆਂ ਮਾਰਾਂ ਹੀ ਇਸ ਤਰ੍ਹਾਂ ਦੀਆਂ ਪੰਗੀਆਂ ਨੇ ਉਹ ਭਾਵੇਂ ਬੱਚੇ ਨੇ ਭਾਵੇਂ ਬਜ਼ੁਰਗ ਨੇ ਇਹਨਾਂ ਸਾਰੀਆਂ ਸੰਗਤਾਂ ਲਈ ਇਹ ਗੁਰੂ ਕੇ ਲੰਗਰਾਂ ਦੀ ਸੇਵਾ ਚੱਲਦੀ ਹੈ ਜੀ ਅੱਬਾਈ ਹੁਣ ਤੋਂ ਲੈ ਕੇ ਤੁਸੀਂ ਫਿਰ ਕਿੰਨੇ ਕੇ ਡੇਲੀ ਤੁਸੀਂ ਆਪਣਾ ਇਹ ਦਾਲ ਬਣਾ ਰਹੇ ਹੋ ਸਬਜ਼ੀ ਬਣਾ ਰਹੇ ਹੋ ਕਿੰਨਾ ਕੇ ਪ੍ਰਸ਼ਾਦਾ ਬਣਾ ਰਹੇ ਹੋ ਜੀ ਜੀ ਦੇਖੋ ਜੀ ਇਹ ਬਹੁਤ ਵੱਡੇ ਰੂਪ ਵਿੱਚ ਬਣਦਾ तकरीबन 3000 ਇਨਸਾਨਾਂ ਦਾ ਲੰਗਰ ਹੁੰਦਾ ਇੱਕੋ ਦਿਨ ਦਾ ਜਿਵੇਂ ਹੁਣ ਗੱਡੀਆਂ ਖੜੀਆਂ ਇਹ ਗੱਡੀ ਖੜੀ ਆ ਅਰਸ਼ਦੀਪ ਸਿੰਘ ਖੜੇ ਨੇ ਇਹ ਭਰਾਈਆਂ ਹੀ ਦੋਨੇ ਇਹ ਗੱਡੀ ਨੇ ਕਵਰ ਕਰਨਾ ਹੁੰਦਾ ਮੋਗਾ ਜਗਰਾਉਂ ਬੱਧਣੀ ਤੇ ਇੱਧਰ ਆਪਣੀ ਦੂਜੀ ਗੱਡੀ ਖੜੀ ਆ ਜੀਪ ਦੀ ਜਗ੍ਹਾ ਤੇ ਇਹ ਗੱਡੀ ਨੇ ਕਵਰ ਕਰਨਾ ਲੁਧਿਆਣਾ ਇਹਦੇ ਵਿੱਚ ਆਪ ਜੀ ਆਪਾਂ ਗੱਲ ਕਰਕੇ ਰਾਸ਼ਨ ਦੀ ਇਹਦੇ ਵਿੱਚ तकरीबन 2 ਕੁਇੰਟ ਲਾਟਾ ਆਟਾ ਪੱਕਦਾ ਡੇਲੀ ਦਾ ਤੇ 2 ਕੁਆਂਟਲ 40 ਕਿਲੋ ਦੁੱਧ ਆ ਇੱਕੋ ਦਿਨ ਦਾ ਤੇ 2 ਕੁਆਂਟਲ ਦਾਲ ਆ 1.5 ਕੁਆਂਟਲ ਖਿਚੜੀ ਆ ਜੀ ਇੱਕ ਦਿਨ ਦੀ ਰਸਦੀ ਆ ਜੀ ਬਾਬਾ ਜੀ ਜਿਵੇਂ ਇੰਨਾ ਸਾਰਾ ਲੰਗਰ ਪੱਕਦਾ ਇਹ ਕਿਸ ਦਾ ਹੈ ਆਪਣੇ ਕਿਸ ਤੇ ਸਹਿਯੋਗ ਨਾਲ ਬੰਦ ਰਿਹਾ ਇਹ ਦੇਖੋ ਜੀ ਇਹ თანਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਜੀ ਦਾ ਕਾਰਜ ਆ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦਾ ਕਾਰਜ ਆ ਉਹਨਾਂ ਨੇ ਜਿਹੜਾ 20 ਰੁਪਏ ਦਾ ਲੰਗਰ ਲਾਇਆ ਸੀ ਅਸਲ ਵਿੱਚ ਉਸ ਟਾਈਮ 'ਚ ਆਪਾਂ 20 ਰੁਪਏ ਕਹਿ ਦਿੰਦੇ ਆ ਵੈਸੇ ਜੀ ਅੱਜ ਦੇ ਆਪਾਂ ਹਿਸਾਬ ਨਾਲ ਕਰੀਏ ਤਾਂ ਕਈ ਕਰੋੜ ਰੁਪਈਆ ਬਣ ਜਾਣਾ ਉਸ ਟਾਈਮ ਦੇ 20 ਰੁਪਏਾਂ ਦਾ ਤੇ ਜਿੰਨੀ ਗੁਰੂ ਸਾਹਿਬ ਨੂੰ ਪੂੰਜੀ ਮਿਲੀ ਸੀ ਆਪਣੀ ਜ਼ਿੰਦਗੀ ਵਿੱਚ ਕੁਝ ਕਾਰਜ ਕਰਨੀ ਆ ਗੁਰੂ ਸਾਹਿਬ ਜੀ ਨੇ ਸਾਰੇ ਹੀ ਭੁੱਖੇ ਸਾਧੂਆਂ ਦਾ ਮਤਲਬ ਹੀ ਨਹੀਂ ਇਕੱਲੇ ਸਾਧੂ ਹੀ ਵੀ ਜਿਹਨੂੰ ਨੀਡ ਆ ਜਿਹਨੂੰ ਲੋੜ ਆ ਉਹਨਾਂ ਵਾਸਤੇ ਇਹ ਲੰਗਰ ਚੱਲਿਆ ਤੇ ਸੰਗਤਾਂ ਹੀ ਕਰ ਰਹੀਆਂ ਨੇ ਅੱਜ ਵੀ ਗੁਰੂ ਸਾਹਿਬ ਨੇ ਸਾਨੂੰ ਸਰੀਰ ਰੂਪ ਵਿੱਚ ਅੱਗੇ ਲਾਇਆ ਹੋਇਆ ਪਰ ਕਾਰ ਆਪਾਂ ਰਲ ਮਿਲ ਕੇ ਰਹੇ ਆ ਭਾਵੇਂ ਅਸੀਂ ਤੁਹਾਨੂੰ ਜੇ ਤੁਸੀਂ ਸਮਝਦੇ ਹੋ ਵੀ ਘਰ ਘਰ ਜਾ ਕੇ ਹੋਕਾ ਲਾਉਣਾ ਹੁੰਦਾ ਵੀ ਕੋਈ ਦੁੱਧ ਪਾ ਦੋ ਪ੍ਰਸ਼ਾਦਾ ਪਾ ਦੋ ਬਾਕੀ ਸੁੱਕਾ ਸਿੱਧਾ ਰਸ਼ਨ ਆਉਣਾ ਦੁੱਧ ਦੀ ਸੇਵਾ ਜਿਹੜੀ ਹੁੰਦੀ ਆ ਸੰਗਤ ਨੂੰ ਦੱਸੀਦਾ ਵੀ ਦੁੱਧ ਦੇ ਨਾਲ ਲੱਗਦਾ ਤੁਸੀਂ ਸਾਨੂੰ ਡਾਇਰੈਕਟ ਦੁੱਧ ਡੇਰੀਆਂ ਤੋਂ ਚੁਕਾ ਦਿਓ ਸਾਡੀਆਂ ਗੱਡੀਆਂ ਵਿੱਚ ਡੀਜ਼ਲ ਪੈਣਾ ਸਾਨੂੰ ਡਾਇਰੈਕਟ ਤੁਸੀਂ ਪੰਪ ਤੋਂ ਡੀਜ਼ਲ ਪਵਾ ਦਿਓ ਇਸ ਤਰ੍ਹਾਂ ਬਸ ਗੁਰੂ ਸਾਹਿਬ ਆਪ ਹੀ ਕਰਾ ਰਹੇ ਨੇ ਸਾਨੂੰ ਕੁਝ ਨਹੀਂ ਪਤਾ ਸਾਨੂੰ ਇਹਨਾਂ ਪਤਾ ਵੀ ਇਹ ਸੇਵਾ ਭਾਵੇਂ ਮੀਂਹ ਹੋਵੇ ਝੱਖੜ ਹੋਣ ਤੂਫਾਨ ਹੋਣ ਭਾਵੇਂ ਰਾਹਾਂ 'ਚ ਮੌਤ ਖੜੀ ਹੋਵੇ ਜਿਵੇਂ ਕੋਰੋਨਾ ਟਾਈਮ ਸੀਗਾ ਪਰ ਇਹ ਸੇਵਾ ਨਿਰਵਿਘਨ ਜਾਰੀ ਰਹਿੰਦੀ ਆ ਅੱਜ ਤੱਕ ਕੋਈ ਨਾਗਾ ਨਹੀਂ ਇਹ ਸੇਵਾ ਦੇ ਵਿੱਚ ਨਾ ਹੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪੈਣਾ ਏ ਮਿਸ਼ਨ ਇਹੀ ਹੁੰਦਾ ਵੀ ਉਹਨਾਂ ਲੋਕਾਂ ਤੱਕ ਹਸਪਤਾਲਾਂ ਤੱਕ ਭਾਵੇਂ ਕਿਤੇ ਵੀ ਬੈਠੇ ਆ ਜਿਨ੍ਹਾਂ ਲੋਕਾਂ ਨੂੰ ਲੋੜ ਆ ਵਕਤ ਦੀ ਮਾਰ ਪਈ ਹੋਈ ਆ ਵਕਤ ਦੀਆਂ ਮਾਰਾਂ ਜਿਹਦੇ ਕਹਿੰਦੇ ਪਾਣਾ ਕਹਿਣਾ ਤੇ ਪਾਣਾ ਸਹਿਣਾ ਦੋਨਾਂ ਗੱਲਾਂ 'ਚ ਬੜਾ ਅੰਤਰ ਹੁੰਦਾ